COVID-19 ਪੈਂਡੈਮਿਕ ਦੌਰਾਨ ਸਰਕਾਰਾਂ ਵੱਲੋਂ ਕੈਨੇਡਾ ਦੀਆਂ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਵਿੱਚ ਪੜ੍ਹਦੇ ਸਟੂਡੈਂਟਸ ਨੂੰ ਕਈ ਤਰੀਕੇ ਨਾਲ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਅੱਜ ਆਪਾਂ ਇਸ ਵੀਡੀਓ ਵਿੱਚ ਇਸੇ ਬਾਰੇ ਗੱਲਬਾਤ ਕਰਾਂਗੇ। ਕੈਨੇਡਾ ਦੀਆਂ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਵੀ ਪੜ੍ਹਦੇ ਨੇ ਤੇ ਕੈਨੇਡੀਅਨ ਸਟੂਡੈਂਟਸ ਵੀ ਪੜ੍ਹਦੇ ਨੇ। ਜਿਹੜੇ ਇੰਟਰਨੈਸ਼ਨਲ ਅਤੇ ਕੈਨੇਡੀਅਨ ਸਟੂਡੈਂਟਸ ਦੀ ਜੌਬ ਕੋਵਿਡ-19 ਕਾਰਨ ਪ੍ਰਭਾਵਿਤ ਹੋਈ ਹੈ, ਉਹ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਲਈ ਅਪਲਾਈ ਕਰ ਸਕਦੇ ਨੇ। ਪਰ ਸਰਬ ਲਈ ਅਪਲਾਈ ਕਰਨ ਵਾਸਤੇ ਤੁਹਾਡੀ ਪਿਛਲੇ 12 ਮਹੀਨਿਆਂ ਦੀ ਜਾਂ ਫਿਰ ਦੋ ਦੀ ਘੱਟੋ ਘੱਟ ਇਨਕਮ $5,000 ਹੋਣੀ ਚਾਹੀਦੀ ਹੈ ਅਤੇ ਤੁਹਾਡੀ ਉਮਰ 15 ਸਾਲ ਜਾਂ ਉਸ ਤੋਂ ਵੱਧ ਹੋਵੇ। ਸੋ ਸਰਬ ਇੰਟਰਨੈਸ਼ਨਲ ਅਤੇ ਕੈਨੇਡੀਅਨ ਸਟੂਡੈਂਟਸ ਦੋਵਾਂ ਦੇ ਦਾਇਰੇ ਵਿੱਚ ਆਉਂਦਾ ਹੈ। ਸਰਬ ਲਈ ਐਲੀਜੀਬਲ ਸਟੂਡੈਂਟਸ BC ਸਰਕਾਰ ਵੱਲੋਂ ਦਿੱਤੇ ਜਾ ਰਹੇ 1-time ਟੈਕਸ ਫਰੀ BC ਐਮਰਜੈਂਸੀ ਬੈਨੀਫਿਟ ਫਾਰ ਵਰਕਰਸ ਲਈ ਵੀ ਅਪਲਾਈ ਕਰ ਸਕਦੇ ਨੇ। ਅੱਛਾ, ਸਰਬ ਲਈ ਅਪਲਾਈ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਹੁਣ ਆਪਣੇ ਸਟੱਡੀ ਪਰਮਿਟ ਦਾ ਪਰੂਫ ਦੇਣ ਦੀ ਵੀ ਜ਼ਰੂਰਤ ਨਹੀਂ ਪਵੇਗੀ। ਪਹਿਲਾਂ ਇਸ ਬੈਨੀਫਿਟ ਲਈ ਅਪਲਾਈ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਆਪਣੇ ਵੈਲਿਡ ਸਟੱਡੀ ਪਰਮਿਟ ਦੀ ਤਸਵੀਰ ਖਿੱਚ ਕੇ ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਨੂੰ ਈਮੇਲ ਕਰਨੀ ਪੈਂਦੀ ਸੀ, ਪਰ ਹੁਣ ਅਪਲਾਈ ਕਰਨ ਵੇਲੇ ਇਹਨਾਂ ਨੂੰ ਵਰਬਲੀ ਕਨਫਰਮ ਕਰਨਾ ਪਵੇਗਾ ਕਿ ਇਹਨਾਂ ਕੋਲ ਵੈਲਿਡ ਸਟੱਡੀ ਪਰਮਿਟ ਹੈ ਜਾਂ ਫਿਰ ਇਹਨਾਂ ਨੇ ਸਟੱਡੀ ਪਰਮਿਟ ਲਈ ਅਪਲਾਈ ਕੀਤਾ ਹੋਇਆ ਹੈ। ਅਸੈਂਸ਼ੀਅਲ ਸਰਵਿਸਿਜ਼, ਹੈਲਥ ਕੇਅਰ, ਕ੍ਰਿਟੀਕਲ ਇਨਫਰਾਸਟ੍ਰਕਚਰ, ਫੂਡ ਜਾਂ ਹੋਰ ਜ਼ਰੂਰੀ ਸਮਾਨ ਦੀ ਸਪਲਾਈ ਦਾ ਕੰਮ ਕਰਦੇ ਇੰਟਰਨੈਸ਼ਨਲ ਸਟੂਡੈਂਟਸ ਲਈ ਔਗਸਟ ਤੱਕ ਪਰ ਵੀਕ 20 ਆਵਰਸ ਕੰਮ ਕਰਨ ਵਾਲੀ ਪਾਬੰਦੀ ਨੂੰ ਵੀ ਹੁਣ ਹਟਾ ਦਿੱਤਾ ਗਿਆ। ਅੱਛਾ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਆਪਣਾ ਸਟੱਡੀ ਪਰਮਿਟ ਰਿਨਿਊ ਕਰਵਾਉਣ ਲਈ ਐਪਲੀਕੇਸ਼ਨ ਲਗਾਈ ਹੋਈ ਹੈ, ਉਹ ਇਸ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਮੁਕੰਮਲ ਹੋਣ ਤੱਕ ਕੈਨੇਡਾ ਵਿੱਚ ਕੰਮ ਵੀ ਕਰ ਸਕਦੇ ਨੇ ਅਤੇ ਆਪਣੀ ਪੜ੍ਹਾਈ ਵੀ ਜਾਰੀ ਰੱਖ ਸਕਦੇ ਨੇ। ਕਿਸੇ ਬਾਹਰਲੇ ਮੁਲਕ ਵਿੱਚ ਗਏ ਉਹ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਵਾਪਸ ਵੀ ਆ ਸਕਦੇ ਨੇ ਜਿਨ੍ਹਾਂ ਦਾ ਵੈਲਿਡ ਸਟੱਡੀ ਪਰਮਿਟ ਉਹਨਾਂ ਨੂੰ 18 ਮਾਰਚ ਜਾਂ ਉਸ ਤੋਂ ਪਹਿਲਾਂ ਮਿਲਿਆ ਸੀ। ਪਰ 18 ਮਾਰਚ ਤੋਂ ਬਾਅਦ ਜਿਹੜੇ ਸਟੂਡੈਂਟਸ ਨੂੰ ਸਟੱਡੀ ਪਰਮਿਟ ਮਿਲਿਆ ਹੈ ਉਹ ਫਿਲਹਾਲ ਕੈਨੇਡਾ ਨਹੀਂ ਆ ਸਕਦੇ। BC ਸਰਕਾਰ ਦਾ ਟੈਂਪਰੀ ਰੈਂਟਲ ਸਪਲੀਮੈਂਟ ਇੰਟਰਨੈਸ਼ਨਲ ਅਤੇ ਕੈਨੇਡੀਅਨ ਸਟੂਡੈਂਟਸ ਦੋਵਾਂ ਦੇ ਹੀ ਦਾਇਰੇ ਵਿੱਚ ਆ ਸਕਦਾ ਹੈ। ਜਿਹੜੇ ਸਟੂਡੈਂਟਸ ਰੈਂਟ 'ਤੇ ਰਹਿ ਰਹੇ ਨੇ ਅਤੇ ਕੋਵਿਡ-19 ਕਾਰਨ ਪ੍ਰਭਾਵਿਤ ਹੋਏ ਨੇ, ਉਹ ਅਪ੍ਰੈਲ, ਮਈ ਅਤੇ ਜੂਨ ਲਈ ਮਿਲਣ ਵਾਲੀ ਇਸ ਰੈਂਟਲ ਸਪਲੀਮੈਂਟ ਲਈ ਅਪਲਾਈ ਕਰ ਸਕਦੇ ਨੇ। ਫੈਡਰਲ ਸਰਕਾਰ ਨੇ ਸਟੂਡੈਂਟਸ ਲਈ ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨੀਫਿਟ ਦਾ ਵੀ ਐਲਾਨ ਕੀਤਾ ਹੈ, ਪਰ ਇਹ ਬੈਨੀਫਿਟ ਸਿਰਫ ਕੈਨੇਡੀਅਨ ਸਟੂਡੈਂਟਸ ਦੇ ਦਾਇਰੇ ਵਿੱਚ ਹੀ ਆਉਂਦਾ ਹੈ। ਇਸ ਲਈ ਉਹ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਸਟੂਡੈਂਟਸ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਦੀ ਜੌਬ ਕੋਵਿਡ-19 ਕਾਰਨ ਪ੍ਰਭਾਵਿਤ ਹੋਈ ਹੈ। ਇਸ ਬੈਨੀਫਿਟ ਲਈ ਮੌਜੂਦਾ ਸਮੇਂ ਵਿੱਚ ਕਿਸੇ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਵਿੱਚ ਪੜ੍ਹ ਰਹੇ ਸਟੂਡੈਂਟਸ, ਸਪਟੈਂਬਰ ਵਿੱਚ ਜਿਨ੍ਹਾਂ ਨੇ ਕਾਲਜ ਜਾਣਾ ਸੀ ਉਹ ਸਟੂਡੈਂਟਸ ਅਤੇ ਜਿਹੜੇ 2019 ਦਸੰਬਰ ਵਿੱਚ ਗ੍ਰੈਜੂਏਟ ਹੋਏ ਹਨ ਉਹ ਸਟੂਡੈਂਟਸ ਅਪਲਾਈ ਕਰ ਸਕਦੇ ਨੇ। ਹੁਣ ਗੱਲ ਕਰਦੇ ਹਾਂ ਸਟੂਡੈਂਟ ਲੋਨਸ ਦੀ। ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟ ਸਟੂਡੈਂਟ ਲੋਨ ਲਈ ਅਪਲਾਈ ਨਹੀਂ ਕਰ ਸਕਦੇ। ਸੋ ਲੋਨਸ ਨਾਲ ਸੰਬੰਧਿਤ ਜਿਹੜੀਆਂ ਵੀ ਛੋਟਾਂ ਸਰਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹ ਸਿਰਫ ਕੈਨੇਡੀਅਨ ਸਟੂਡੈਂਟਸ ਦੇ ਦਾਇਰੇ ਵਿੱਚ ਹੀ ਆਉਂਦੀਆਂ ਨੇ। ਕੈਨੇਡਾ ਸਰਕਾਰ ਨੇ ਇਸ ਪੈਂਡੈਮਿਕ ਦੇ ਚੱਲਦੇ ਕੈਨੇਡਾ ਸਟੂਡੈਂਟ ਲੋਨਸ ਪ੍ਰੋਗਰਾਮ ਵਿੱਚ ਵੀ ਕੁਝ ਤਬਦੀਲੀਆਂ ਕੀਤੀਆਂ ਨੇ। 2020-2021 ਲਈ ਐਲੀਜੀਬਲ ਫੁੱਲ ਟਾਈਮ ਸਟੂਡੈਂਟਸ ਨੂੰ ਮਿਲਦੀ ਕੈਨੇਡਾ ਸਟੂਡੈਂਟ ਗ੍ਰਾਂਟਸ ਨੂੰ ਵਧਾ ਕੇ $6,000 ਤੱਕ ਕਰ ਦਿੱਤਾ ਗਿਆ ਹੈ ਅਤੇ ਪਾਰਟ ਟਾਈਮ ਸਟੂਡੈਂਟਸ ਨੂੰ ਮਿਲਦੀ ਗ੍ਰਾਂਟ ਨੂੰ $3,600 ਕਰ ਦਿੱਤਾ ਗਿਆ ਹੈ। ਹਰ ਹਫ਼ਤੇ ਮਿਲਦੀ ਸਟੂਡੈਂਟ ਫਾਈਨੈਂਸ਼ੀਅਲ ਅਸਿਸਟੈਂਸ ਨੂੰ $210 ਤੋਂ ਵਧਾ ਕੇ $350 ਕਰ ਦਿੱਤਾ ਗਿਆ ਹੈ। ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਵੀ ਲਾਂਚ ਕੀਤੀ ਗਈ ਹੈ ਜਿਸ ਦੇ ਅਧੀਨ ਜੇ ਸਟੂਡੈਂਟਸ ਨੈਸ਼ਨਲ ਸਰਵਿਸ ਜਾਂ ਕਮਿਊਨਿਟੀਜ਼ ਵਿੱਚ ਕੋਈ ਸਰਵਿਸ ਦਿੰਦੇ ਨੇ ਤਾਂ ਉਹਨਾਂ ਦੀ ਪੜ੍ਹਾਈ ਲਈ $5,000 ਤੱਕ ਦੀ ਮਦਦ ਦਿੱਤੀ ਜਾਵੇਗੀ। ਜਿਹੜੇ ਕੈਨੇਡੀਅਨ ਸਟੂਡੈਂਟਸ ਨੇ ਸਟੂਡੈਂਟ ਲੋਨ ਲਿਆ ਹੋਇਆ ਹੈ ਉਹਨਾਂ ਦੇ ਲੋਨ ਦੀ ਰੀਪੇਮੈਂਟ ਅਤੇ ਇੰਟਰਸਟ ਨੂੰ BC ਅਤੇ ਫੈਡਰਲ ਦੋਵਾਂ ਸਰਕਾਰਾਂ ਨੇ 30 ਸਤੰਬਰ ਤੱਕ ਸਸਪੈਂਡ ਕਰ ਦਿੱਤਾ ਹੈ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ। ਰੈੱਡ ਐੱਫ ਐੱਮ ਦੇ YouTube ਚੈਨਲ ਰੈੱਡ ਐੱਫ ਐੱਮ ਕੈਨੇਡਾ ਨੂੰ ਸਬਸਕ੍ਰਾਈਬ ਕਰੋ, ਸਾਨੂੰ ਫੇਸਬੁੱਕ 'ਤੇ ਲਾਈਕ ਕਰੋ, ਇੰਸਟਾਗ੍ਰਾਮ 'ਤੇ ਫੋਲੋ ਕਰੋ ਜਾਂ ਫਿਰ ਵਿਜ਼ਿਟ ਕਰੋ redfm.ca।